जदों इतों के बच्चों से एन एस ए लग जाता है एक भी बंदा अमरीका तो फ्लाइट लेके नहीं आता सच है कि झूठ है। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਲਖਵਿੰਦਰ ਸਿੰਘ ਜੀ। ਅੱਜ ਮੇਰੇ ਚੈਨਲ 'ਤੇ ਨਾ ਮੇਰੇ ਚੈਨਲ ਸਬਸਕ੍ਰਾਈਬ ਕਰ ਦਿਓ, ਲਾਈਕ ਕਰਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਅੱਜ ਤੱਕ ਪਹੁੰਚਦੀ ਰਹੇ। ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਹਾਂ ਉਹ ਵੀਡੀਓ ਹੈ ਜੋ ਕਹਿ ਲਈਏ ਕਿ ਭਾਈ ਅੰਮ੍ਰਿਤਪਾਲ ਜੀ ਦੇ ਕਾਂਡ ਦੇ ਵਿੱਚ ਜਿਹੜੇ ਕਈ ਸਿੰਘਾਂ ਨੂੰ ਕਹਿ ਲਈਏ ਕਿ ਐੱਨ ਐੱਸ ਏ ਲੱਗਾ ਅਤੇ ਉਹਦੇ ਸੰਬੰਧ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜੋ ਵਿਸਾਖੀ 'ਤੇ ਉਹਨਾਂ ਦਾ ਪ੍ਰੋਗਰਾਮ ਹੋਇਆ ਸੀ ਅਤੇ ਉਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਕਹਿਣਾ ਕੀਤੀ ਹੈ ਅਤੇ ਉਹਦਾ ਕਲਿੱਪ ਆਇਆ ਹੈ ਕਿ ਐੱਨ ਐੱਸ ਏ ਜੇ ਲੱਗ ਸਕਦਾ ਹੈ ਅਤੇ ਹਟ ਵੀ ਸਕਦਾ ਹੈ ਅਤੇ ਕੀ ਗੱਲ ਚੱਲਦੀ ਆ ਉਹ ਨਾਲ ਦੀ ਨਾਲ ਆਪਾਂ ਵੀਡੀਓ ਨੂੰ ਦੇਖਣਾ ਕਰਾਂਗੇ, ਨਾਲ ਦੀ ਨਾਲ ਵੀਡੀਓ 'ਤੇ ਰਿਐਕਸ਼ਨ ਕਰਦੇ ਹਾਂ ਸੋ ਕਿਉਂਕਿ ਸਾਨੂੰ ਇਹ ਚੀਜ਼ਾਂ ਨੂੰ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਉਂਕਿ ਗੱਲ ਭਾਈ ਰਣਜੀਤ ਸਿੰਘ ਜੀ ਪਹਿਲਾਂ ਵੀ ਇਹੀ ਕਰਦੇ ਹੁੰਦੇ ਸੀ ਕਿ ਜੇ ਅਸੀਂ ਬੰਦੀ ਸਿੰਘ ਛਡਾਉਣ ਦੀ ਗੱਲ ਕਰਦੇ ਹਾਂ ਨਾ ਤਾਂ ਇਹ ਵੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੰਦੀ ਸਿੰਘ ਨਾ ਬਣਨ, ਉਹਦੇ ਵਾਸਤੇ ਸਾਨੂੰ ਇਹ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ। ਸੋ ਆਹ ਵੀਡੀਓ ਨੂੰ ਦੇਖਣਾ ਕਰਦੇ ਹਾਂ, ਨਾਲ ਦੀ ਨਾਲ ਵੀਡੀਓ ਦੀ ਰਿਐਕਸ਼ਨ ਕਰਦੇ ਹਾਂ, ਆਹ ਵੀਡੀਓ ਨੂੰ ਦੇਖਣਾ ਕਰੀਏ। ਚੱਕਰੀ ਘੁੰਮ ਰਹੀ ਹੈ, ਚੱਕਰੀ ਘੁੰਮ ਰਹੀ ਹੈ, ਚੱਕਰੀ ਘੁੰਮ ਰਹੀ ਹੈ, ਚੱਕੀ ਸੱਚ ਦੀ ਚੱਕੀ ਪੀਂਦੀ ਬਹੁਤ ਹੌਲੀ ਹੌਲੀ ਹੈ ਪਰ ਪੀਂਦੀ ਬੜਾ ਬਰੀਕ ਹੈ। ਸਾਰੇ ਪਾਸੇ ਵੇਖਦੇ ਆ ਇਹਨਾਂ ਦੀਆਂ ਚੀਕਾਂ ਵੱਜਦੀਆਂ, ਨਾ ਇਹਨਾਂ ਨੇ ਸੱਚ ਸੁਣਨਾ, ਨਾ ਸੁਣ ਦੇਣਾ, ਨਾ ਸਮਝਣਾ, ਨਾ ਸਮਝਾਉਣਾ, ਬਿਲਕੁਲ ਨਾ ਲੋਕਾਂ ਨੂੰ ਕਾਇਮ ਕਰਨ ਦੀ ਗੱਲ ਕਰਨੀ ਹੈ, ਨਾ ਜ਼ਿੰਦਗੀ ਸਿਖਾਉਣੀ ਹੈ। ਇਹਨਾਂ ਨੇ ਬਸ ਇੱਥੇ ਨਾਲ ਹੈ, ਇੱਥੇ ਨਾਲ ਹੈ, ਇੱਥੇ ਨਾਲ ਹੈ, ਇੱਥੇ ਨਾਲ ਹੈ, ਇਹਦੇ ਨਾਲ ਹੀ ਪਾਰ ਉਤਾਰਾ ਕਰ ਦੇਣਾ। ਆਪ ਸਾਰੇ ਡਾਕਟਰਾਂ ਕੋਲ ਜਾਂਦੇ ਨੇ, ਆਪ ਵੱਡੇ ਵੱਡੇ ਸਪੈਸ਼ਲਿਸਟਾਂ ਕੋਲ ਜਾਂਦੇ ਨੇ, ਲੋਕਾਂ ਨੂੰ ਕਹਿਣਗੇ ਧਰਮ ਲਈ ਜਾਨਾਂ ਵਾਰੋ, ਆਪਣੇ ਬੱਚਿਆਂ ਨੂੰ ਇਹ ਡਾਕਟਰ ਬਣਾਉਂਦੇ ਨੇ। ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਜਦੋਂ ਆਪਣੇ 'ਤੇ ਪੈਂਦੀ ਹੈ ਨਾ ਉਦੋਂ ਇਹ ਵੱਡੇ ਵੱਡੇ ਡਾਕਟਰਾਂ ਦੇ ਕੋਲ ਜਾਂਦੇ ਨੇ, ਤਾਂ ਪਰ ਸਿਰਫ ਇੱਕ ਪ੍ਰਚਾਰ ਵਾਸਤੇ ਸਾਨੂੰ ਇਹ ਚੀਜ਼ਾਂ ਪ੍ਰਚਾਰੀਆਂ ਜਾਂਦੀਆਂ ਨੇ। ਪਿੱਛੇ ਜੇ ਕਰੋਨਾ ਆਇਆ ਸੀ ਨਾ ਤਾਂ ਕਬੀਰ ਸਾਹਿਬ ਜੀ ਦਾ ਇੱਕ ਗੁਰਬਾਣੀ ਦੇ ਵਿੱਚ ਬੜਾ ਸੋਹਣਾ ਬਚਨ ਹੈ ਕਿ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ, ਰਾਮ ਕਸੌਟੀ ਸੋ ਸਹਿਜ ਜੋ ਮਰਜੀਵਾ ਹੋਏ। ਕਿ ਜਦੋਂ ਸੱਚ ਦੀ ਕਸਵੱਟੀ ਲੱਗਦੀ ਹੈ ਨਾ ਤਾਂ ਫਿਰ ਉੱਥੋਂ ਝੂਠੇ ਕੋਈ ਨਹੀਂ ਟਿਕਦੇ। ਉਦੋਂ ਜਿਹੜੇ ਪੰਡਿਤ ਕਹਿ ਲਈਏ ਕਿ ਜਿਹੜੇ ਜੋਸ਼ੀ ਕਹਿ ਲਈਏ, ਬਾਬੇ ਕਹਿ ਲਈਏ, ਉਹ ਕਿੱਥੇ ਵੜ ਗਏ ਸੀ ਕਰੋਨਾ ਵੇਲੇ? ਹੁਣ ਉਹਨੂੰ ਕਰੋਨਾ ਨੂੰ ਕਿਉਂ ਨਹੀਂ ਠੀਕ ਕਰ ਸਕੇ? ਉਦੋਂ ਕਿਉਂ ਨਹੀਂ ਕਹਿ ਸਕੀ ਇੱਕ ਇੱਥੇ ਆਓ, ਇੱਥੇ ਨਾ ਆਓ, ਆਹ ਕਰੋ ਅਤੇ ਕਰੋਨਾ ਠੀਕ ਹੋ ਜਾਵੇਗਾ? ਸੋ ਇਸ ਕਰਕੇ ਜਿੱਥੇ ਗੁਰਬਾਣੀ ਦੀ ਸਾਨੂੰ ਵਿਚਾਰ ਚਾਹੀਦੀ ਹੈ ਨਾ, ਸਾਨੂੰ ਗੁਰਬਾਣੀ ਸੋਚ ਸਮਝ ਕੇ ਆਪਣੇ ਜੀਵਨ ਦੇ ਵਿੱਚ ਵਿਚਾਰਨੀ ਚਾਹੀਦੀ। ਯਾਦ ਰੱਖਿਓ, ਗੁਰੂ ਹਰ ਰਾਏ ਪਾਤਸ਼ਾਹ ਜੀ ਦਾ ਸਭ ਤੋਂ ਵੱਡਾ ਦਵਾਖਾਨਾ ਸੀ ਕੀਰਤਪੁਰ ਸਾਹਿਬ ਵਿਖੇ, ਜਿੱਥੇ ਦਾਰਾ ਸ਼ਿਕੋ ਵੀ ਆ ਕੇ ਮੈਡੀਸਨ ਲੈ ਕੇ ਜਾਂਦਾ ਹੈ, ਦਵਾ ਲੈ ਕੇ ਜਾਂਦਾ ਹੈ, ਜਿਹਦੇ ਨਾਲ ਦਾਰਾ ਸ਼ਿਕੋ ਵੀ ਬਾਦਸ਼ਾਹ ਦੇ ਮੁਗਲਾਂ ਦੇ ਪੁੱਤ ਵੀ ਜਿੱਥੇ ਆ ਕੇ ਠੀਕ ਹੁੰਦੇ ਸੀ। ਸਭ ਤੋਂ ਵੱਡਾ ਦਵਾਖਾਨਾ ਤਰਨ ਤਾਰਨ ਸਾਹਿਬ ਵਿਖੇ, ਕੋੜਖਾਨਾ ਕਹਿ ਲਈਏ ਸਭ ਤੋਂ ਵੱਡਾ, ਜਿੰਨਾ ਤਰਨ ਤਾਰਨ ਸਾਹਿਬ ਦਾ ਸਰੋਵਰ ਬਣਿਆ ਉਸ ਜਗ੍ਹਾ 'ਤੇ ਗੁਰੂ ਅਰਜਨ ਪਾਤਸ਼ਾਹ ਜੀ ਕੋੜੀਆਂ ਦਾ ਇਲਾਜ ਕਰਦੇ ਸੀ, ਅਤੇ ਅੱਜ ਉੱਥੇ ਕੋਈ ਡਿਸਪੈਂਸਰੀ ਹੈ ਇਸ ਨਾਮ 'ਤੇ? ਅੱਜ ਕੋਈ ਕਹਿ ਲਈਏ ਕਿ ਚਾਹੀਦੀ ਤਾਂ ਇਹ ਸੀ ਨਾ ਕਿ ਇੱਕ ਵੱਡੀ ਸਾਰੀ ਡਿਸਪੈਂਸਰੀ ਹੁੰਦੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਮ 'ਤੇ, ਜਿੱਥੇ ਇੱਕ ਫ੍ਰੀ ਚੈੱਕਅਪ, ਫ੍ਰੀ ਇਲਾਜ ਉਸ ਕਿਸੇ ਵੀ ਚੀਜ਼ ਦਾ ਹੁੰਦਾ। ਪਰ ਸਾਡੇ ਵਾਲਿਆਂ ਦੀ ਘਾਟ, ਅੱਜ ਗੋਲਕਾਂ ਭਰਨੀਆਂ ਜ਼ਰੂਰੀ ਨੇ, ਅੱਜ ਕਿਸੇ ਨੂੰ ਫ੍ਰੀ ਟ੍ਰੀਟਮੈਂਟ, ਫ੍ਰੀ ਮੈਡੀਕਲ ਵੀ ਇਹ ਚੀਜ਼ਾਂ ਸਾਨੂੰ ਦੇਣੀਆਂ ਜ਼ਰੂਰਤ ਬਣਦੀਆਂ ਨੇ। ਆਓ ਦੇਖੀਏ, ਲੋਕਾਂ ਨੂੰ ਕਹਿਣਗੇ ਧਰਮ ਲਈ ਜਾਨਾਂ ਵਾਰੋ, ਆਪ ਅਮਰੀਕਾ ਕੈਨੇਡਾ 'ਚ ਸੈੱਟ ਨੇ, ਬਿਲਕੁਲ ਅਮਰੀਕਾ ਕੈਨੇਡਾ 'ਚ ਬੈਠ ਕੇ ਵੀਡੀਓ ਬਣਾਉਣਗੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਉਕਸਾਉਣਗੇ, ਹਥਿਆਰ ਚੱਕ ਲਓ, ਆਪ ਛੱਡ ਛਡਾ ਕੇ ਅਮਰੀਕਾ ਕੈਨੇਡਾ 'ਚ ਬੈਠੇ ਹੈ, ਲੈ ਕੇ ਉੱਥੋਂ ਦੇ ਪਾਸਪੋਰਟ, ਉੱਥੋਂ ਦੇ ਵੀਜ਼ੇ, ਇੱਥੋਂ ਦੀ ਜਵਾਨੀ ਨੂੰ ਗੁੰਮਰਾਹ ਕਰਦੇ ਨੇ, ਮਗਰ ਲਾਉਂਦੇ ਨੇ, ਰਾਈਟ। ਤੇ ਮੁੜ ਕੇ ਜਦੋਂ ਇਹਨੂੰ ਇੱਥੋਂ ਦੇ ਬੱਚਿਆਂ ਤੇ ਐੱਨ ਐੱਸ ਏ ਲੱਗ ਜਾਂਦਾ, ਇੱਕ ਵੀ ਬੰਦਾ ਅਮਰੀਕਾ ਤੋਂ ਫਲਾਈਟ ਲੈ ਕੇ ਨਹੀਂ ਆਉਂਦਾ, ਸਹੀ ਗੱਲ ਹੈ, ਸੱਚ ਹੈ ਕਿ ਝੂਠ ਹੈ? ਸੱਚ ਹੈ। ਜਿਹੜੇ ਵੀਡੀਓ ਬਣਾਉਂਦੇ ਨੇ ਕੋਈ ਆਉਂਦਾ ਹੈ? ਜਿਹੜੇ ਢਾਡੀ ਭੜਕਾਉਂਦੇ ਨੇ ਕੋਈ ਆਉਂਦਾ ਹੈ? ਮੈਨੂੰ ਦੱਸੋ ਕਿਹੜੇ ਢਾਡੀ ਤੇ ਐੱਨ ਐੱਸ ਏ ਲੱਗਿਆ? ਹਾਏ ਹਾਏ ਹਾਏ, ਵਾਹ ਜੀ ਵਾਹ। ਕਿਹੜੇ ਰਾਗੀ ਤੇ ਐੱਨ ਐੱਸ ਏ ਲੱਗਿਆ? ਕਿਹੜੇ ਕਥਾ ਵਾਚਕ ਤੇ ਐੱਨ ਐੱਸ ਏ ਲੱਗਿਆ? ਇਹ ਭੜਕਾਉਣ ਵਾਲਿਆਂ ਨੂੰ ਕੁਛ ਨਹੀਂ ਹੁੰਦਾ, ਐੱਨ ਐੱਸ ਏ ਲੱਗਦਾ ਲੋਕਾਂ ਦੇ ਆਪ ਪੁੱਤਾਂ ਤੇ, ਆਮ ਬੱਚਿਆਂ ਤੇ ਲੱਗਦਾ। ਇਹ ਭੜਕਾਉਣ ਵਾਲੇ ਭੜਕਾ ਦਿੰਦੇ ਨੇ, ਗੱਲਾਂ ਕਰਕੇ ਆਪ ਪਿੱਛੇ ਹਟ ਜਾਂਦੇ ਐ। ਇਹਨਾਂ ਦੀਆਂ ਗੱਲਾਂ 'ਚ ਕਦੇ ਨਾ ਆਇਓ, ਨਾ ਆਪਣੇ ਬੱਚਿਆਂ ਨੂੰ ਆਉਣ ਦਿਓ ਜੇ ਭਲਾ ਚਾਹੁੰਦੇ ਹੋ। ਬਿਲਕੁਲ, ਭਲਾ ਚਾਹੁੰਦੇ ਹੋ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਵੀਰੋ। ਦੱਸ ਦਿਓ ਮੈਨੂੰ ਆਹ ਐੱਨ ਐੱਸ ਏ ਲੱਗਿਆ ਕਿੰਨੇ ਬੱਚੇ? ਮੈਂ ਤੇ ਵੇਖੋ ਭਾਵੇਂ
ਉਹ ਪ੍ਰਧਾਨ ਮੰਤਰੀ ਬਾਜੇ ਕਿਆਂ ਵਾਲਗਾ ਸਾਡੇ ਵਰਗਿਆਂ ਨੂੰ ਰੋਜ਼ ਗਾਲਾਂ ਕੱਢਦਾ ਗੰਦੀਆਂ ਗੰਦੀਆਂ ਅਗਲਾ ਕਹਿੰਦਾ ਵਿਚਾਰੇ ਬੰਦੇ ਨਾਲ ਮਾੜਾ ਹੋਇਆ ਪਰ ਜਦੋਂ ਉਹ ਵੱਡਿਆਂ ਵੱਡਿਆਂ ਨੂੰ ਮਾਰਨ ਦੀਆਂ ਧਮਕੀਆਂ ਦਿੰਦੀ ਦਿੰਦਾ ਸੀ ਨਾ ਉਦੋਂ ਉਹਨੂੰ ਕਿਸੇ ਨੇ ਨਹੀਂ ਰੋਕਿਆ ਧਮਕੀਆਂ ਨਾ ਦਿਆ ਕਰ ਉਹਦਾ ਮੁੰਡਾ ਕਹਿੰਦਾ ਮੇਰਾ ਡੈਡੀ ਤੇ ਕੁੱਤੇ ਤੋਂ ਵੀ ਡਰਦਾ ਹੈ ਪਰ ਧਮਕੀਆਂ ਹਰ ਇੱਕ ਨੂੰ ਦਿੰਦਾ ਸੀ ਵੱਡੀਆਂ ਵੱਡੀਆਂ ਫੇਸਬੁੱਕਾਂ ਤੇ ਬੈਠ ਕੇ ਤੇ ਫੇਸਬੁੱਕਾਂ ਤੇ ਲੋਕ ਸੁਣ ਕੇ 15-15 ਲੱਖ ਦੀਆਂ ਗੱਡੀਆਂ ਦੇ ਦਿੱਤੀਆਂ ਤੇ ਅੱਜ ਉਹ ਬੰਦਾ ਐਨਐਸਏ ਲੱਗ ਕੇ ਉਹ ਡਿਬਰੂਵਾਲ ਕਿੱਥੇ ਜੇਲ੍ਹ 'ਚ ਜਾ ਬੈਠਾ ਤੇ ਮੈਂ ਤੇ ਅੱਜ ਫਿਰ ਵੀ ਬੇਨਤੀ ਕਰਾਂਗਾ ਭਾਵੇਂ ਇਹ ਬੰਦੇ ਸਾਨੂੰ ਗਾਲਾਂ ਕੱਢਦੇ ਆ ਪੰਥ ਦੁਖੀ ਪੰਥ ਵਿਰੋਧੀ ਕਹਿੰਦੇ ਆ ਪਰ ਮੈਂ ਅੱਜ ਫਿਰ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਜੇ ਕੋਈ ਇੱਥੇ ਵਿੱਚ ਉਹਨਾਂ ਦਾ ਬੰਦਾ ਬੈਠਾ ਹੈ ਮੈਂ ਬੇਨਤੀ ਕਰਾਂਗਾ ਐਨਐਸਏ ਜੇ ਡੀਸੀ ਦੇ ਸਾਈਨ ਨਾਲ ਲੱਗ ਸਕਦਾ ਹੈ ਤੇ ਡੀਸੀ ਜੇ ਸਾਈਨ ਕਰੇ ਤੇ ਲੈ ਵੀ ਸਕਦਾ ਬਿਲਕੁਲ 2-4-6 ਮਹੀਨੇ ਲੰਘ ਗਏ ਇੱਥੇ ਪੰਜਾਬ ਦੀ ਜੇਲ੍ਹ ਵਿੱਚ ਲੈ ਆਓ ਘੱਟ ਤੋਂ ਘੱਟ ਉਹਨਾਂ ਦੇ ਬੱਚੇ ਮਿਲਦੇ ਰਹਿਣ ਉਹਨਾਂ ਦਾ ਪਰਿਵਾਰ ਮਿਲਦਾ ਰਹੇ 4-6 ਮਹੀਨੇ 8 ਮਹੀਨੇ ਕੱਟ ਲੈਣ ਆਪਣੇ ਘਰੇ ਆਉਣ ਆਪਣੇ ਬੱਚਿਆਂ 'ਚ ਆਉਣ ਆਪਣੇ ਘਰ ਦੇ ਕੰਮ ਕਾਰ ਕਰਨ ਆਪਣੇ ਬੱਚੇ ਸਾਂਭਣ ਆਪਣੇ ਬੱਚਿਆਂ ਦਾ ਭਵਿੱਖ ਸਾਂਭਣ ਅਸੀਂ ਅੱਜ ਵੀ ਪਰਮੇਸ਼ਰ ਦੁਆਰ ਵਾਲੇ ਇਹੋ ਹੀ ਕਾਮਨਾ ਕਰਦੇ ਹਾਂ ਬਿਲਕੁਲ ਅਸੀਂ ਅੱਜ ਵੀ ਇਹੀ ਕਹਿੰਦੇ ਹਾਂ ਆਪਣੇ ਬੱਚਿਆਂ 'ਚ ਆਉਣ ਆਪਣੇ ਟੱਬਰ 'ਚ ਆਉਣ ਐਨਐਸਏ ਇਹਨਾਂ ਤੋਂ ਹਟ ਜਾਣਾ ਚਾਹੀਦਾ ਅੱਜ ਵੀ ਮੈਂ ਇਹੀ ਕਾਮਨਾ ਕਰਦਾ ਪਰ ਪਹਿਲਾਂ ਕੋਈ ਨਹੀਂ ਰੋਕਦਾ ਇਸ ਕਰਕੇ ਵੀਰੋ ਅਕਲ ਤਲ ਅਕਲ ਨੂੰ ਹੱਥ ਮਾਰਿਓ ਅੱਜ ਕੱਲ੍ਹ ਜਿਹੜਾ ਅਕਲ ਦੇਣ ਵਾਲਾ ਹੈ ਉਹਨੂੰ ਪੰਥ ਦਾ ਗਦਾਰ ਕਹਿੰਦੇ ਹੈ ਜਿਹੜਾ ਇਹਨਾਂ ਨੂੰ ਭੜਕਾਵੇ ਮਰਨ ਮਾਰਨ ਲਈ ਤਿਆਰ ਕਰੇ ਉਹਨੂੰ ਵੱਡਾ ਪੰਥ ਦਰਦੀ ਕਿਹਾ ਜਾਂਦਾ ਹੈ ਉਹਨੂੰ ਪੰਥ ਦਾ ਯੋਧਾ ਕਿਹਾ ਜਾਂਦਾ ਹੈ ਸਹੀ ਗੱਲ ਹੈ ਤੇ ਰੌਲਾ ਪਾਉਣ ਵਾਲੇ ਨਿਕਲ ਜਾਂਦੇ ਐ ਮਰਦੇ ਆਮ ਲੋਕਾਂ ਦੇ ਪੁੱਤ ਐ ਫਸਦੇ ਆਮ ਲੋਕਾਂ ਦੇ ਪੁੱਤ ਐ ਬਿਲਕੁਲ ਮੁੜ ਕੇ ਨਹੀਂ ਲੱਭਦੇ ਕਿੱਧਰ ਗਏ ਆਮ ਲੋਕੀ ਫਸਦੇ ਐ ਤੇ ਖਿਆਲ ਕਰਕੇ ਸੋਚ ਸਮਝ ਕੇ ਕਿਸੇ ਦੇ ਪਿੱਛੇ ਲੱਗਿਓ ਆ ਸਿਰ ਤੇ ਦਿਮਾਗ ਐ ਇਹਨੂੰ ਵਰਤਣਾ ਇਹ ਸੀ ਜੀ ਭਾਈ ਸਾਹਿਬ ਜੀ ਦੀ ਵੀਡੀਓ ਸੱਚੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੋਈ ਹੈ ਕਿ ਭੜਕਾਉਣ ਵਾਲੇ ਭੜਕਾ ਕੇ ਚੱਲ ਜਾਂਦੇ ਨੇ ਸਭ ਕੁਝ ਕਰਕੇ ਚੱਲ ਜਾਂਦੇ ਨੇ ਜਿਹੜੇ ਬਾਹਰੋਂ ਸਟੇਟਮੈਂਟਾਂ ਦਿੰਦੇ ਨੇ ਜੇ ਬਾਹਰਲੇ ਆ ਬੰਦਿਆਂ ਨੂੰ ਜਿਹੜੇ ਉੱਥੇ ਪੀ ਆਰ ਨੇ ਪੱਕੇ ਸੈੱਟ ਨੇ ਜੇ ਉਹਨਾਂ ਨੂੰ ਇੰਨਾ ਹੀ ਪੰਜਾਬ ਦਾ ਸੱਚ ਜਾਣਿਓ ਦੁੱਖ ਹੈ ਤੇ ਉੱਧਰੋਂ ਪਾਸਪੋਰਟ ਰਿਜੈਕਟ ਕਰਵਾ ਕੇ ਉੱਧਰੋਂ ਡਿਪੋਰਟ ਹੋ ਕੇ ਇੱਧਰ ਆ ਕੇ ਕਿਉਂ ਨਹੀਂ ਪੰਜਾਬ ਨੂੰ ਸੰਭਾਲਦੇ ਫਿਰ ਬਸ ਉੱਥੇ ਸਟੇਟਮੈਂਟਾਂ ਦੇਣੀਆਂ ਆਪ ਨੂੰ ਕਿਉਂਕਿ ਆਪ ਦਾ ਤਾਂ ਕੁਛ ਘਸਣਾ ਨਹੀਂ ਆਪ ਜੀ ਦਾ ਕੋਈ ਨੁਕਸਾਨ ਹੋਣਾ ਨਹੀਂ ਨੁਕਸਾਨ ਹੋਣਾ ਆਮ ਜਨਤਾ ਦਾ ਆਮ ਕਹਿ ਲਈਏ ਬੱਚਿਆਂ ਦਾ ਸੱਚ ਜਾਣਿਓ ਬਣਿਆ ਨੇ ਬਾਜੇ ਕੇ ਵਾਲੇ ਮੰਤਰੀ ਜਦੋਂ ਕਹਿ ਲਈਏ ਕਿ ਕਿਉਂਕਿ ਆਪ ਤਾਂ ਗਾਲਾਂ ਕੱਢ ਨਹੀਂ ਸਕਦੇ ਸੀ ਨਾ ਪਰ ਇੱਕ ਬੰਦਾ ਮਿਲ ਗਿਆ ਸੀ ਕਿ ਜਿਹੜਾ ਕਿਸੇ ਨੂੰ ਵੀ ਗਾਲਾਂ ਕੱਢ ਸਕਦੇ ਉਹਨੂੰ ਫੂ ਕੇ ਇੰਨੀ ਸ਼ਿਕਾਈ ਫੂ ਕੇ ਇੰਨੀ ਸ਼ਿਕਾਈ ਜਦੋਂ ਉਹਦੀ ਵੀਡੀਓ ਆਉਣੀ ਉਹਨੂੰ ਫੂ ਚੁਕਾਉਣੀ ਬਾਈ ਕਿ ਵਾਹ ਵੀ ਵਾਹ ਕਹਿ ਲਈ ਕਿਉਂਕਿ ਆਪ ਕੱਢਣੀ ਨਹੀਂ ਇੱਕ ਬੰਦਾ ਮਿਲ ਗਿਆ ਸੀ ਉਹਦੀਆਂ ਦੱਬ ਕੇ ਵੀਡੀਓ ਸ਼ੇਅਰ ਕੀਤੀ ਪਰ ਕਿਸੇ ਨੇ ਉਸ ਵਕਤ ਉਹਨੂੰ ਸਮਝਾਇਆ ਨਹੀਂ ਅੱਜ ਉਹ ਸ਼ੇਅਰ ਕਰਨ ਵਾਲੇ ਕਿੱਥੇ ਨੇ ਨਾਲ ਖੜੇ ਬੱਜ ਗਏ ਵਾਲਿਆਂ ਦੇ ਜਿਹੜੇ ਪਹਿਲਾਂ ਕਹਿ ਲਈਏ ਫੂਕ ਛਕਾਉਂਦੇ ਸੀ ਉਹਨੂੰ ਵਾਹ ਵਾਹ ਕਰਦੇ ਸੀ ਅੱਜ ਕਿੱਥੇ ਨੇ ਉਹਨੂੰ ਪਹਿਲਾਂ ਜੇ ਇਹ ਚੀਜ਼ ਮਾਂ ਦੇ ਪੁੱਤ ਨੂੰ ਸਮਝਾਈ ਹੁੰਦੀ ਕਿ ਪੁੱਤ ਇਸ ਤਰੀਕੇ ਦੇ ਨਾਲ ਨਾ ਕਰਿਆ ਕਰ ਇਸ ਤਰੀਕੇ ਦੇ ਨਾਲ ਹੋਣਾ ਨਹੀਂ ਚਾਹੀਦਾ ਪਰ ਅੱਜ ਉਹ ਵਿਚਾਰਾ ਕਹਿ ਲਈਏ ਕਿ ਐਨਐਸਏ ਲੱਗ ਕੇ ਕਿੱਥੇ ਚੱਲ ਗਿਆ ਕਹਿ ਲਈਏ ਕਿ ਜਿਹਦਾ ਪੁੱਤ ਕਹਿੰਦਾ ਕਿ ਮੇਰਾ ਡੈਡੀ ਤਾਂ ਕੁੱਤੇ ਤੋਂ ਵੀ ਡਰਦਾ ਸੀ ਯਾਰ ਪਰ ਸੱਚ ਜਾਣਿਓ ਇਸ ਕਰਕੇ ਕਦੀ ਵੀ ਕਿਸੇ ਦਾ ਫਾਇਦਾ ਇਸ ਤਰੀਕੇ ਨਾਲ ਨਾ ਚੁੱਕਿਆ ਕਰੋ ਕਿ ਉਹਦੇ ਭੋਲੇ ਪਨ ਦਾ ਕਿ ਜੇ ਉਹ ਕੋਈ ਗਲਤ ਕਰ ਰਿਹਾ ਤਾਂ ਉਹਦਾ ਵੀ ਗਲਤ ਦਾ ਅਸੀਂ ਸਾਥ ਦੇਈ ਜਾਈਏ ਪਰ ਇਹ ਹੈ ਕਿ ਜਦੋਂ ਕਹਿ ਲਈਏ ਕਿ ਕੋਈ ਗਲਤ ਕਰਦਾ ਉਹਨੂੰ ਸਮਝਾਇਆ ਕਰੀਏ ਕਿ ਬਾਈ ਇਸ ਤਰ੍ਹਾਂ ਗਾਲਾਂ ਨਾ ਕੱਢਿਆ ਕਰ ਕਿਸੇ ਨੂੰ ਇਸ ਤਰ੍ਹਾਂ ਆਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਆਮ ਘਰਾਂ ਦੇ ਸੱਚ ਜਾਣਿਓ ਸੱਚੀ ਗੱਲ ਹੈ ਕਿ ਆਪ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਪੀਆਰ ਸੈੱਟ ਨੇ ਸਭ ਕੁਝ ਸੈੱਟ ਹੈ ਤੇ ਆਮ ਘਰਾਂ ਦੇ ਜਵਾਨੀ ਦੇ ਮੋਢਿਆਂ ਤੇ ਰੱਖ ਕੇ ਜਿਹੜੀ ਚੀਜ਼ ਇਹ ਵਰਤੀ ਜਾਂਦੀ ਚਲਾਈ ਜਾਂਦੀ ਹੈ ਸੱਚ ਸੋ ਮੈਂ ਵੀ ਸਾਰਿਆਂ ਨੂੰ ਇਹ ਮੇਰੇ ਵੱਲੋਂ ਵੀ ਯਾਰ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਯਾਰ ਐਨਐਸਏ ਲੱਗ ਕੇ ਇੰਨੀ ਦੂਰ ਕਿਸੇ ਮਾਂ ਦਾ ਪੁੱਤ ਚਲੇ ਜਾਣਾ ਕੋਈ ਸੌਖੀ ਗੱਲ ਨਹੀਂ ਹੈ ਜਿਹੜੀ ਮਾਂ ਰੋਜ਼ ਆਪਣੇ ਪੁੱਤ ਨੂੰ ਉਡੀਕਦੀ ਹੋਊਗੀ ਜਿਹੜੀ ਹਰ ਕੋਈ ਕਹਿ ਲਈਏ ਕਿ ਭਾਈ ਸਾਹਿਬ ਜੀ ਨੇ ਗੱਲ ਕੀਤੀ ਕਿ ਜੇ ਡੀਸੀ ਦੇ ਸੈਨ ਦੇ ਲੱਗਣ ਦੇ ਨਾਲ ਐਨਐਸਏ ਲੱਗ ਸਕਦੇ ਹਟ ਵੀ ਸਕਦਾ ਹੈ ਜਾਂ ਤਾਂ ਹੋਵੇ ਕਿ ਕੋਈ ਚੰਗਾ ਸਾਡਾ ਲੀਡਰ ਲੱਗਾ ਹੋਵੇ ਜਿਹੜਾ ਕਹੇ ਕਿ ਹਾਂ ਵੀ ਮੈਂ ਅੱਗੇ ਖੜੇ ਹਾਂ ਮੇਰੇ ਨਾਲ ਗੱਲ ਕਰੋ ਮੇਰੇ ਬੰਦਿਆਂ ਨੂੰ ਹੱਥ ਨਾ ਲਾਇਓ ਮੇਰੇ ਸਪੋਰਟਰਾਂ ਨੂੰ ਪਰ ਜਦੋਂ ਲੀਡਰ ਹੀ ਫਿਰ ਵਿੱਚ ਨਾ ਰਹੇ ਤੇ ਆਮ ਕਹਿ ਲਈਏ ਕਿ ਜਿਹੜੇ ਪਿੱਛੇ ਸਪੋਰਟਰ ਨੇ ਉਹ ਫੜੇ ਜਾਣ ਤਾਂ ਫਿਰ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਲੀਡਰ ਜਾਂ ਤਾਂ ਫਿਰ ਲੀਡਰ ਅੱਗੇ ਲੱਗਦਾ ਨਾ ਫਿਰ ਇਹ ਚੀਜ਼ 'ਤੇ
सो इस करके इन्हां चीज़ां नूं समझियो अपने घरां दे विच अपनी फैमिली दे विच परिवारां दे विच रहो हसदे खेडदे रहो यार मेहनत करो एक अपने आप नूं इन्ने वड्डे वड्डे अफसरां तक पहुँच तक लैके जाओ कि कह लिए कि जे कोई कह लिए अज उठ के थल्ले सीएम बन सकदा है भगवंत मान वर्गा तो आम घरां दे विच बंदा उठ के कित्थे कित्थे की नहीं कर सकता सो अगे आप भी लगन की लोड़ है सो इस करके चीज़ों को समझियो सो बहुत वधिया भाई साहब जी के विचार आप जी दसन करना आप जी ने वीडियो क्यों नहीं लगे आप जी ने मेरा दिता हो रिएक्शन क्यों नहीं लगा बाकी गालां कढ़न वाले इस वीडियो तो दूर ही रहो कृपा करके जिन्हों नहीं पसंद वीडियो ना ही वेखे तो चंगी गल है बाकी सिख हाँ असी ज नहीं सिख हाँ ये सानू फतवा सुनाने की लोड़ नहीं क्योंकि सानू ताडे कोलो कह लिए सर्टिफिकेट लैन की लोड़ नहीं पैंदी कि असी सिख हाँ ज नहीं हाँ सो अगली वीडियो लैके बहुत जल्दी मिलती है सत श्री अकाल बाय बाय।